विखे ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਲੋਕ ਸਭਾ ਸ਼੍ਰੀਮਤੀ ਪਰਨੀਤ ਕੌਰ ਨੇ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਦੇ ਸੁਪਰ ਸਪੈਸ਼ਲਿਟੀ ਬਲਾਕ ਵਿੱਚ 600 LPM ਦੀ ਸਮਰੱਥਾ ਵਾਲੇ PSA ਆਕਸੀਜਨ ਪਲਾਂਟ ਹਸਪਤਾਲ ਨੂੰ ਸਮਰਪਿਤ ਕਰ ਦਿੱਤਾ। ਇਹ ਪਲਾਂਟ ਮੁੰਜਾਲ ਫਾਊਂਡੇਸ਼ਨ ਅਤੇ ਹੀਰੋ ਸਾਈਕਲਸ ਲਿਮਟਿਡ ਲੁਧਿਆਣਾ ਦੇ ਸਹਾਇਤਾ ਨਾਲ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਗਾਇਆ ਗਿਆ। ਸ਼੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਇਹ ਪਲਾਂਟ ਹਵਾ ਵਿੱਚੋਂ ਆਕਸੀਜਨ ਲੈ ਕੇ ਇਸ ਨੂੰ ਸੋਧਣ ਉਪਰੰਤ ਕਰੀਬ 120 ਸਿਲੰਡਰ ਭਰ ਕੇ ਮਰੀਜ਼ਾਂ ਲਈ ਮੁਹੱਈਆ ਕਰਵਾਏਗਾ। ਇਸ ਮੌਕੇ ਕਰਵਾਏ ਗਏ ਸਾਦੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੰਜਾਲ ਗਰੁੱਪ ਨੇ ਸੂਬੇ 'ਚੋਂ ਸਨਅਤੀ ਲਹਿਰ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀਆਂ 'ਚੋਂ ਯੋਗਦਾਨ ਪਾ ਕੇ ਪੰਜਾਬ ਅਤੇ ਲੋਕਾਂ ਦੇ ਸਨਅਤੀ ਰਿਸ਼ਤੇ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਜਿੰਦਰਾ ਹਸਪਤਾਲ ਨੇ ਕੋਵਿਡ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਇਕੱਲੇ ਪਟਿਆਲਾ ਹੀ ਨਹੀਂ ਬਲਕਿ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਸਮੇਤ ਹਰਿਆਣੇ ਅਤੇ ਦਿੱਲੀ ਦੇ ਹੋਰ ਸੂਬਿਆਂ ਦੇ ਮਰੀਜ਼ਾਂ ਦੀ ਜਾਨ ਵੀ ਬਚਾਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਹਸਪਤਾਲ ਦੇ ਡਾਕਟਰਾਂ, ਨਰਸਿੰਗ ਅਤੇ ਹੋਰ ਅਮਲੇ ਦੀ ਉਹ ਨਿੱਜੀ ਤੌਰ 'ਤੇ ਧੰਨਵਾਦੀ ਹਨ। ਸ਼੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨੂੰ ਇੱਕ ਜੰਗ ਸਮਝਦਿਆਂ ਮਿਸ਼ਨ ਫਤਿਹ ਸ਼ੁਰੂ ਕੀਤਾ ਅਤੇ ਕੋਵਿਡ ਦੀ ਲਾਗ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ ਉਚੇਚੇ ਕਦਮ ਚੁੱਕੇ। ਇਕੱਲਾ ਪੰਜਾਬ ਹੀ ਅਜਿਹਾ ਸੂਬਾ ਸੀ ਜਿੱਥੇ ਆਕਸੀਜਨ, ਡਾਕਟਰੀ ਸਹਾਇਤਾ ਅਤੇ ਮਰੀਜ਼ਾਂ ਨੂੰ ਬੈੱਡ ਲੈਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਈ। ਉਹਨਾਂ ਕਿਹਾ ਕਿ ਹੁਣ ਕੋਵਿਡ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪੂਰੀਆਂ ਤਿਆਰੀਆਂ ਮੁਕੰਮਲ ਹਨ। ਇੱਥੋਂ ਤੱਕ ਕਿ ਰਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਦੀ 4ੀ ਮੰਜ਼ਿਲ ਉੱਤੇ ਬੱਚਿਆਂ ਲਈ ਵਿਸ਼ੇਸ਼ ਵਾਰਡ ਵੀ ਤਿਆਰ ਕਰਕੇ ਆਕਸੀਜਨ ਦੇ ਨਾਲ ਲੈਸ ਬੈੱਡ ਤਿਆਰ ਕਰਕੇ ਰੱਖੇ ਹੋਏ ਹਨ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪੁੱਜੇ ਹੀਰੋ ਗਰੁੱਪ ਦੇ ਡਾਇਰੈਕਟਰ ਅਭਿਸ਼ੇਕ ਮੁੰਜਾਲ ਨੇ ਆਪਣੀ ਸਾਈਕਲ ਕੰਪਨੀ ਦੇ ਆਮ ਲੋਕਾਂ ਰਾਹੀਂ ਕੌਮਾਂਤਰੀ ਪੱਧਰ ਉੱਤੇ ਪਾਏ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਉਹ ਹੁਣ ਦੇਸ਼ ਦੇ ਵਾਤਾਵਰਨ ਨੂੰ ਧਿਆਨ 'ਚੋਂ ਰੱਖਦੇ ਹੋਏ ਦੇਸ਼ 'ਚੋਂ ਈ ਸਾਈਕਲ ਦਾ ਦੇਸ਼ ਪੰਜਾਬ ਲੁਧਿਆਣੇ ਜ਼ਿਲ੍ਹੇ ਤੋਂ ਸਭ ਤੋਂ ਵੱਡੀ ਨਿਰਮਾਣ ਸ਼ੁਰੂ ਕਰ ਰਹੇ ਹਨ। ਸ਼੍ਰੀ ਮੁੰਜਾਲ ਨੇ ਕਿਹਾ ਕਿ ਪੰਜਾਬ ਦੇ ਜੰਮਪਲ ਹੋਣ ਦੇ ਨਾਤੇ ਉਹਨਾਂ ਦੀ ਇਹ ਦਿਲੀ ਇੱਛਾ ਹੈ ਕਿ ਉਹ ਆਪਣੇ ਰਾਜ ਦੇ ਲੋਕਾਂ ਦੀਆਂ ਮੁਸ਼ਕਲਾਂ ਦੀ ਘੜੀ ਵਿੱਚ ਸਰਕਾਰ ਦੇ ਨਾਲ ਨਾਲ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਖੜ ਸਕਣ। ਇਸ ਮੌਕੇ OP ਮੁੰਜਾਲ ਫਾਊਂਡੇਸ਼ਨ ਦੇ ਪ੍ਰਬੰਧਕੀ ਟਰੱਸਟੀ SK ਰਾਏ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਹਾਰਾਣੀ ਪਰਨੀਤ ਕੌਰ ਨੇ ਸੰਬੋਧਨ ਕਰਦਿਆਂ ਹੋਰ ਕੀ ਕੁਝ ਲੋਕਾਂ ਨੂੰ ਆਖਿਆ, ਤੁਸੀਂ ਉਹਨਾਂ ਦੀ ਜ਼ਬਾਨੀ ਸੁਣੋ। ਸਾਡੇ ਨਾਲ ਮੁੰਜਾਲ ਗਰੁੱਪ ਤੋਂ ਪੰਕਜ ਜੀ ਦੇ ਬੇਟੇ ਅਭਿਸ਼ੇਕ ਜੀ ਆਏ ਹੋਏ ਨੇ, ਇਹਨਾਂ ਦੀ ਪੂਰੀ ਟੀਮ ਆਈ ਹੈ ਔਰ ਇਹਨਾਂ ਨੇ ਇੱਕ ਪਲਾਨ ਰਜਿੰਦਰਾ ਹੋਸਪਿਟਲ ਦੇ ਲਈ ਜਿਹਦੇ ਵਿੱਚੋਂ 5 ਆਕਸੀਜਨ ਜਾਊਗਾ ਸੁਪਰ ਸਪੈਸ਼ਲਿਟੀ ਬਿਲਡਿੰਗ 'ਚ, ਉਹਦਾ ਇਹਨਾਂ ਨੇ ਦਾਨ ਕੀਤਾ। ਇਹਨਾਂ ਦਾ ਅਸੀਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਔਰ ਆਸ ਰੱਖਦੇ ਹਾਂ ਕਿ ਰੱਬ ਨਾ ਕਰੇ ਫਿਰ ਲੋੜ ਪਏ ਤਾਂ ਉਹ ਹਾਲ ਨਾ ਹੋਏ ਜਿਹੜੇ 2-3 ਮਹੀਨੇ ਪਹਿਲੇ ਹੋਇਆ। ਸੋ ਹੁਣ ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰੀਆਂ ਹੋ ਰਹੀਆਂ ਨੇ, ਆਕਸੀਜਨ ਦੇ ਪਲਾਂਟ ਲੱਗ ਗਏ ਨੇ, ਕਮੀ ਜ਼ਿਆਦਾ ਇਹਦੀ ਸੀ। ਡਾਕਟਰ ਤਾਂ ਸਾਡੇ ਰਜਿੰਦਰਾ ਹੋਸਪਿਟਲ 'ਚ ਡਾਕਟਰ, ਨਰਸਿੰਗ ਸਟਾਫ, ਕਲਾਸ 4 ਜਿੰਨੇ ਵੀ ਹੈਗੇ ਨੇ, ਇਹਨਾਂ ਨੇ ਮੇਰੇ ਖਿਆਲ 'ਚ ਮੈਂ ਤਾਂ ਕਹੂੰਗੀ ਕਿ ਦੇਸ਼ ਦੇ ਵਿੱਚ ਨੰਬਰ 1 ਕੰਮ ਕੀਤਾ। ਔਰ ਇਸ ਦੇ ਬਾਵਜੂਦ ਅੱਜ ਮੈਂ ਦੱਸਣਾ ਚਾਹੁੰਦੀ ਹਾਂ ਕਿ ਕਹਿ ਰਹੇ ਨੇ 3rd ਵੇਵ ਦੇ ਵਿੱਚ ਸ਼ਾਇਦ ਬੱਚਿਆਂ 'ਤੇ ਜ਼ਿਆਦਾ ਅਸਰ ਪਏ। 4ੀ ਮੰਜ਼ਿਲ 'ਚ 120 ਬੈੱਡ ਆਕਸੀਜਨ ਦੀ ਤਿਆਰੀ ਆ ਉੱਥੇ ਬੱਚਿਆਂ ਦੇ ਲਈ ਜੋ ਲੋੜਾਂ ਹੈਗੀਆਂ ਨੇ, ਔਰ ਵੈਂਟੀਲੇਟਰ ਵੀ ਉੱਥੇ ਤਿਆਰ ਨੇ ਕਿ ਅਸੀਂ ਪਟਿਆਲੇ ਦੇ ਵਿੱਚ ਆਸ ਪਾਸ ਦੇ ਡਿਸਟ੍ਰਿਕਟਸ ਔਰ ਆਪਣੇ ਡਿਸਟ੍ਰਿਕਟ ਦੇ ਵਿੱਚ ਤਿਆਰੀ ਕਰਕੇ ਰੱਖੀਏ ਕਿ ਕੋਈ ਬਿਨਾਂ ਸਹੀ ਟ੍ਰੀਟਮੈਂਟ ਦੇ ਇੱਥੋਂ ਨਾ ਜਾਏ।